ਹਾਂਜੀ ਬੱਚੋ ਆਪਾਂ ਨਾਉਨ ਕਰ ਰਹੇ ਸੀ ਨਾਉਨ ਕੀ ਹੈ ਨਾਉਨ ਇਜ਼ ਦਾ ਨੇਮ ਆਫ ਅ ਪਰਸਨ ਪਲੇਸ ਐਨੀਮਲ ਔਰ ਥਿੰਗ ਔਰ ਆਈਡੀਆ ਨਾਉ ਟਾਈਪਸ ਆਫ ਨਾਉਨ ਪ੍ਰੋਪਰ ਨਾਉਨ ਕਾਮਨ ਨਾਉਨ ਪ੍ਰੋਪਰ ਨਾਉਨ ਕਲੈਕਟਿਵ ਨਾਉਨ ਐਬਸਟ੍ਰੈਕਟ ਨਾਉਨ ਮਟੀਰੀਅਲ ਨਾਉਨ ਸੋ ਅੱਜ ਆਪਾਂ ਨਾਉਨ ਦੀ ਦੂਜੀ ਕਿਸਮ ਕਰਨ ਜਾ ਰਹੇ ਹਾਂ ਜਿਹਨੂੰ ਕਹਿੰਦੇ ਨੇ ਪ੍ਰੋਪਰ ਨਾਉਨ ਪ੍ਰੋਪਰ ਨਾਉਨ ਕੀ ਹੁੰਦਾ ਹੈ ਪ੍ਰੋਪਰ ਨਾਉਨ ਜਿਵੇਂ ਕਿ ਤੁਸੀਂ ਮੰਨ ਲਓ ਕਿ ਇੱਕ ਬੋਏ ਹੈ ਉਹਦੇ ਨਾਲ 10 ਮੁੰਡੇ ਹੋਰ ਖੜੇ ਨੇ ਕੀ ਆਪਾਂ ਉਹਨਾਂ ਨੂੰ ਕੁਝ ਹੋਰ ਕਵਾਂਗੇ ਉਹਨਾਂ ਨੂੰ ਕਹਾਂਗੇ ਕੁੜੀ ਐ ਉਹ ਨਹੀਂ ਉਹਨਾਂ ਨੂੰ ਵੀ ਕਵਾਂਗੇ ਬੋਏ ਐ ਤਾਂ ਬੋਏ 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 ਸਾਰਿਆਂ ਨੂੰ ਬੋਏ ਹੀ ਕਹਾਂਗੇ ਠੀਕ ਹੈ ਲੇਕਿਨ ਉਹਨਾਂ ਦੇ ਜਿਹੜੇ ਨਾਮ ਨੇ 10 ਮੁੰਡਿਆਂ ਦੇ ਉਹਨਾਂ ਦੇ ਨਾਮ ਸਾਰਿਆਂ ਦੇ ਅਲੱਗ-ਅਲੱਗ ਨੇ ਠੀਕ ਹੈ ਤਾਂ ਜਿਹੜੇ ਉਹਨਾਂ ਦੇ ਨਾਮ ਨੇ ਉਹ ਕਿਨੇ ਉਹ ਉਹਨਾਂ ਦੇ ਪ੍ਰੋਪਰ ਨਾਉਨ ਨੇ ਠੀਕ ਹੈ ਜਿਹੜਾ ਬॉय ਵਰਡ ਹੈ ਬॉय ਆਪਾਂ ਪਹਿਲਾਂ ਕਰ ਚੁੱਕੇ ਕਿ ਬॉय ਕੀ ਹੈ ਕੋਮਨ ਨਾਉਨ ਹੈ ਜਦੋਂ ਕਿ ਉਸ ਬੱਚੇ ਦਾ ਜਿਹੜਾ ਉਹਦੇ ਮਾਤਾ ਪਿਤਾ ਨੇ ਨਾਮ ਰੱਖਿਆ ਉਹ ਕੀ ਉਹਦਾ ਪ੍ਰੋਪਰ ਨਾਉਨ ਹੈ ਰਾਈਟ ਜਿਵੇਂ ਕਿ ਤੁਸੀਂ ਤੇ ਪ੍ਰੋਪਰ ਨਾਉਨ ਹੈ ਜਿਹੜਾ ਦੇ ਆਲਵੇਸ ਬਿਗਨ ਵਿਦ ਕੈਪੀਟਲ ਲੈਟਰਸ ਹਮੇਸ਼ਾ ਹੀ ਜਿਹੜਾ ਪ੍ਰੋਪਰ ਨਾਉਨ ਹੈ ਉਹ ਕੈਪੀਟਲ ਲੈਟਰਸ ਦੇ ਨਾਲ ਮਤਲਬ ਬੜੀ ABC ਦੇ ਨਾਲ ਸਟਾਰਟ ਹੁੰਦਾ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਨੇਮ ਆਫ ਪੀਪਲ ਰਾਜੀਵ ਗਾਂਧੀ ਰਾਜੀਵ ਦਾ ਆਰ ਕੀ ਹੈ ਕੈਪੀਟਲ ਹੈ ਗਾਂਧੀ ਦਾ ਜੀ ਕੀ ਹੈ ਕੈਪੀਟਲ ਹੈ ਕਿਸ਼ੋਰ ਕੁਮਾਰ ਕਿਸ਼ੋਰ ਦਾ ਕੇ ਕੈਪੀਟਲ ਕੁਮਾਰ ਦਾ ਕੇ ਕੈਪੀਟਲ ਨੇਮ ਆਫ ਕੰਟਰੀਜ਼ ਕੰਟਰੀਜ਼ ਦਾ ਨਾਮ ਜਦੋਂ ਵੀ ਆਪਾਂ ਲਿਖਾਂਗੇ ਫਰਸਟ ਲੈਟਰ ਕੈਪੀਟਲ ਲਿਖਾਂਗੇ ਇੰਡੀਆ ਦਾ ਆਈ ਕੈਪੀਟਲ ਚਾਈਨਾ ਦਾ ਸੀ ਕੈਪੀਟਲ ਨੇਮ ਆਫ ਸਿਟیز ਸ਼ਹਿਰਾਂ ਦੇ ਨਾਮ ਲਿਖਾਂਗੇ ਫਰਸਟ ਲੈਟਰ ਕੈਪੀਟਲ ਤੁਸੀਂ ਆਪਣੇ ਪਿੰਡ ਦਾ ਨਾਮ ਲਿਖਣਾ ਹੈ ਫਰਸਟ ਲੈਟਰ ਕੈਪੀਟਲ ਲਿਖਣਾ ਹੈ ਹਮੇਸ਼ਾ ਜਿਵੇਂ ਮੰਨ ਲਓ ਤੁਸੀਂ ਲਲੋੜੀ ਕਲਾ ਤਾਂ ਲਲੋੜੀ ਦਾ ਐਲ ਕੈਪੀਟਲ ਕਲਾ ਦਾ ਕੇ ਵੀ ਕੈਪੀਟਲ ਨੇਮ ਆਫ ਦਾ ਡੇਜ਼ ਆਫ ਦਾ ਵੀਕ ਜਦੋਂ ਤੁਸੀਂ ਦਿਨਾਂ ਦੇ ਨਾਮ ਲਿਖਨੇ ਨੇ ਸੰਡੇ ਮੰਡੇ ਤਾਂ ਹਮੇਸ਼ਾ ਯਾਦ ਰੱਖੋ ਸੰਡੇ ਮੰਡੇ ਜਦੋਂ ਵੀ ਲਿਖਣਾ ਹੈ ਤਾਂ ਐਸ ਕੈਪੀਟਲ ਸੰਡੇ ਦਾ ਮੰਡੇ ਦਾ ਐਮ ਕੈਪੀਟਲ ਟਿਊਜ਼ਡੇ ਦਾ ਕੀ ਟੀ ਕੈਪੀਟਲ ਵੈਨਸਡੇ ਦਾ ਡਬਲਯੂ ਕੈਪੀਟਲ ਇਸੇ ਤਰ੍ਹਾਂ ਸਾਰੇ ਸੰਡੇ ਮੰਡੇ ਟਿਊਜ਼ਡੇ ਜਿੰਨੇ 7 ਦਿਨ ਨੇ ਉਹਨਾਂ ਦਾ ਫਰਸਟ ਲੈਟਰ ਕੈਪੀਟਲ ਇਸੇ ਤਰ੍ਹਾਂ ਮਹੀਨਿਆਂ ਦੇ ਨਾਮ ਜੇ ਲਿਖਨੇ ਨੇ 12 ਦੇ 12 ਮਹੀਨਿਆਂ ਦਾ ਨਾਮ ਲਿਖਣ ਵੇਲੇ ਪਹਿਲਾ ਲੈਟਰ ਫਰਸਟ ਲੈਟਰ ਕੈਪੀਟਲ ਨੇਮ ਆਫ ਓਸ਼ਨਸ ਐਂਡ ਸੀਜ਼ ਨੇਮ ਆਫ ਰੀਵਰਸ ਤੁਸੀਂ ਜਦੋਂ ਵੀ ਕੋਈ ਸਮੁੰਦਰ ਦਾ ਨਦੀ ਦਾ ਨਾਮ ਲਿਖਣਾ ਹੈ ਤਾਂ ਤੁਸੀਂ ਉਹਨਾਂ ਦੇ ਫਰਸਟ ਲੈਟਰ ਕੈਪੀਟਲ ਲਿਖਨੇ ਨੇ ਗੰਗਾ ਯਮਨਾ ਇੰਡੀਅਨ ਓਸ਼ਨ ਕੁਝ ਵੀ ਐਵੇਂ ਦਾ ਲਿਖਣਾ ਤਾਂ ਫਰਸਟ ਲੈਟਰ ਕੈਪੀਟਲ ਨੇਮ ਆਫ ਹਿਸਟੋਰੀਕਲ ਮੋਨੂਮੈਂਟਸ ਜਿਹੜੇ ਆਪਣੇ ਬਣੇ ਹੋਏ ਨੇ ਬਿਲਡਿੰਗਸ ਬਣੀਆਂ ਹੋਈਆਂ ਨੇ ਜਿਹੜੀਆਂ ਕਿ ਆਪਣੀਆਂ ਇਤਿਹਾਸਿਕ ਇਮਾਰਤਾਂ ਨੇ ਜਿਵੇਂ ਕਿ ਤਾਜ ਮਹਿਲ ਹੈ ਰੈੱਡ ਫੋਰਟ ਹੈ ਕੁਤਬ ਮੀਨਾਰ ਹੈ ਠੀਕ ਹੈ ਇਹ ਸਾਰੇ ਕੀ ਨੇ ਆਪਣੇ ਹਿਸਟੋਰੀਕਲ ਮੋਨੂਮੈਂਟਸ ਨੇ ਤੇ ਇਹਨਾਂ ਦੇ ਫਰਸਟ ਲੈਟਰ ਵੀ ਕੈਪੀਟਲ ਲਿਖਨੇ ਨੇ ਨੇਮ ਆਫ ਫੈਸਟੀਵਲ ਜਿੰਨੇ ਵੀ ਆਪਣੀ ਦੀਵਾਲੀ ਲੋੜੀ ਗੁਰੂਪੁਰਬ ਹੈ ਨਾ ਜਿੰਨੇ ਵੀ ਇਹ ਨੇ ਇਹਨਾਂ ਸਾਰਿਆਂ ਦੇ ਫਰਸਟ ਲੈਟਰ ਕੈਪੀਟਲ ਨੇਮ ਆਫ ਸਪੈਸ਼ਲ ਡੇਸ ਕੋਈ ਇੰਡੀਪੈਂਡੈਂਸ ਡੇ ਹੈ ਰਿਪਬਲਿਕ ਡੇ ਹੈ ਗਾਂਧੀ ਜਨਮਤੀ ਹੈ ਇਹਨਾਂ ਦਾ ਵੀ ਫਰਸਟ ਫਰਸਟ ਲੈਟਰ ਕੈਪੀਟਲ ਸੋ ਮੈਨੂੰ ਉਮੀਦ ਹੈ ਬੱਚਿਓ ਤੁਹਾਨੂੰ ਪ੍ਰੋਪਰ ਨਾਉਨ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ ਪ੍ਰੋਪਰ ਨਾਉਨ ਕੀ ਹੁੰਦਾ ਹੈ ਜਿਸ ਵਿੱਚ ਉਸ ਦਾ ਜੇ ਆਪਾਂ ਨੇ ਇੱਕ ਸੈਂਟੈਂਸ ਦੇ ਵਿੱਚ ਪ੍ਰੋਪਰ ਨਾਉਨ ਦੀ ਪਹਿਚਾਨ ਕਰਨੀ ਹੈ ਤਾਂ ਕਿਵੇਂ ਪਹਿਚਾਨ ਕਰਾਂਗੇ ਉਹਦਾ ਪਹਿਲੀ ਗੱਲ ਤਾਂ ਪਹਿਲਾ ਅੱਖਰ ਕੈਪੀਟਲ ਲਿਖਿਆ ਹੋਊਗਾ ਫਰਸਟ ਲੈਟਰ ਉਹਦਾ ਕੈਪੀਟਲ ਲਿਖਿਆ ਹੋਊਗਾ ਠੀਕ ਹੈ ਦੂਸਰਾ ਉਹ ਉਸ ਤਰ੍ਹਾਂ ਦੀਆਂ ਚੀਜ਼ਾਂ ਲਈ ਸਾਰੀਆਂ ਚੀਜ਼ਾਂ ਲਈ ਨਹੀਂ ਵਰਤਿਆ ਜਾ ਸਕਦਾ ਠੀਕ ਹੈ ਮੰਨ ਲਓ ਕਿ ਇੱਕ ਬੱਚੇ ਦਾ ਨਾਮ ਕਲਾਸ ਦੇ ਵਿੱਚ ਗੁਰਦੀਪ ਹੈ ਕੀ ਆਪਾਂ ਸਾਰੇ ਮੁੰਡਿਆਂ ਨੂੰ ਗੁਰਦੀਪ ਕਹਿ ਸਕਦੇ ਆ ਨਹੀਂ ਕਹਿ ਸਕਦੇ ਪਰ ਜਿੰਨੇ ਵੀ ਮੁੰਡੇ ਬੈਠੇ ਨੇ ਉਹਨਾਂ ਤਾਂ ਮੁੰਡਾ ਹੀ ਕਵਾਂਗੇ ਨਾ ਸਾਰਿਆਂ ਨੂੰ ਠੀਕ ਹੈ ਤਾਂ ਇੱਕ ਨਾਲ ਦੀਆਂ ਚੀਜ਼ਾਂ ਦੇ ਲਈ ਕੋਮਨ ਨਾਉਨ ਤੇ ਅਲੱਗ-ਅਲੱਗ ਤਰ੍ਹਾਂ ਦੀਆਂ ਚੀਜ਼ਾਂ ਦੇ ਨਾਮ ਦੇ ਲਈ ਪ੍ਰੋਪਰ ਨਾਉਨ ਵਰਤੇ ਜਾਂਦਾ ਤਾਂ ਉਹਨੂੰ ਪ੍ਰੋਪਰ ਨਾਉਨ ਕਹਿੰਦੇ ਆ ਜਿਹੜਾ ਖਾਸ ਚੀਜ਼ ਦੇ ਲਈ ਖਾਸ ਨਾਮ ਦਿੱਤਾ ਜਾਂਦਾ ਓਕੇ ਬਾਏ ਬਾਏ